ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੀ ਲੁਧਿਆਣਾ ਫੇਰੀ ਦੌਰਾਨ ਕਈ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਵੰਡੀਆਂ ਗਈਆਂ ਅਤੇ ਅਧੂਰੇ ਪਏ ਕਾਰਜਾਂ ਨੂੰ ਪੂਰਾ ਕਰਵਾਉਣ ਲਈ ਵਚਨਬੱਧਤਾ ਦੁਹਰਾਈ ਗਈ। ਨਵਜੋਤ ਸਿੰਘ ਸਿੱਧੂ ਦੀ ਫੇਰੀ ਦੌਰਾਨ ਕੁਝ ਭਾਜਪਾ ਵਰਕਰਾਂ ਨੇ ਉਹਨਾਂ ਨੂੰ ਕਾਲੀਆਂ ਝੰਡੀਆਂ ਵੀ ਵਿਖਾਈਆਂ ਅਤੇ ਉਹਨਾਂ ਦੇ ਖਿਲਾਫ਼ ਗੱਦਾਰ ਹੋਣ ਦੇ ਇਲਜ਼ਾਮ ਲਗਾਉਂਦਿਆਂ ਨਾਅਰੇਬਾਜ਼ੀ ਕੀਤੀ ਗਈ, ਜਿਨ੍ਹਾਂ ਨੂੰ ਬਾਅਦ ਵਿੱਚ ਪੁਲਿਸ ਨੇ ਹਿਰਾਸਤ 'ਚ ਲੈ ਲਿਆ। ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਹੋਏ ਦਹਿਸ਼ਤਗਰਦੀ ਹਮਲੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਮੰਦਭਾਗੀ ਕਰਤਾ ਹੈ। ਉਹਨਾਂ ਕਿਹਾ ਕਿ ਇਸ ਨੂੰ ਕਰਤਾਰਪੁਰ ਸਾਹਿਬ ਲਾਂਘੇ ਦੇ ਨਾਲ ਨਹੀਂ ਜੋੜਨਾ ਚਾਹੀਦਾ। ਨਾਲ ਹੀ ਸਿੱਧੂ ਨੇ ਕਿਹਾ ਕਿ ਉਹਨਾਂ ਦੇਸ਼ ਹੀ ਸਭ ਤੋਂ ਪਹਿਲਾਂ ਹੈ, ਦੋਸਤੀ ਬਾਅਦ ਵਿੱਚ ਹੈ। ਉਹਨਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਜੋ ਵੀ ਇਸ ਲਈ ਜ਼ਿੰਮੇਵਾਰ ਹਨ ਉਹਨਾਂ ਦੇ ਖਿਲਾਫ਼ ਕੜੀ ਕਾਰਵਾਈ ਹੋਵੇ। ਮੇਰੀ ਬਾਤ ਜੋ ਹੋਤੀ ਹੈ ਨਾ, ਉਸਕੋ ਡਿਸਟੋਰਟ ਕੀਆ ਜਾਤਾ ਹੈ, ਏਕ ਲਾਈਨ ਬੋਲੀ ਜਾਤੀ ਹੈ ਉਸਮੇ, ਉਸਕੋ ਪੂਰੀ ਤਰ੍ਹਾਂ ਸੇ ਦਿਖਾਇਆ ਨਹੀਂ ਜਾਤਾ, ਕਿਉਂਕਿ ਬਹੁਤ ਲੋਕ ਭੈਭੀਤ ਹੋਤੇ ਹੈ, ਸਮਝ ਰਹੇ ਹੋ ਨਾ, ਇਨਸਿਕਿਓਰ ਵੀ ਹੋਤੇ ਹੈ। ਲੇਕਿਨ ਮੈਨੇ ਯਹੀ ਕਹਾ ਥਾ, ਜੋ ਕਲ ਕਹਾ ਥਾ, ਆਜ ਵੀ ਵਹੀਂ ਖੜਾ ਹੂੰ, ਕਿ ਆਤੰਕਵਾਦ ਕਾ ਨਾ ਕੋਈ ਧਰਮ ਹੈ, ਨਾ ਕੋਈ ਮਜ਼ਹਬ ਹੈ, ਨਾ ਕੋਈ ਦੇਸ਼ ਹੈ, ਨਾ ਕੋਈ ਸਾਥ ਹੈ। ਔਰ ਜੈਸੇ ਲੋਹਾ ਲੋਹੇ ਕੋ ਕਾਟਤਾ ਹੈ, ਆਗ ਆਗ ਕੋ ਕਾਟਤੀ ਹੈ, ਸਾਂਪ ਜਬ ਡੰਕ ਮਾਰਤਾ ਹੈ ਤੋ ਉਸਕਾ ਐਂਟੀਡੋਟ ਸਾਂਪ ਕਾ ਵਿਸ਼ ਹੈ, ਵੈਸੇ ਹੀ ਕੁਚਲਾ ਜਾਣਾ ਚਾਹੀਏ ਕਹੀਂ ਪੇ ਵੀ। ਔਰ ਯਹੀ ਸਟੇਟਮੈਂਟ ਕਲ ਥੀ, ਲੇਕਿਨ ਇਸਮੇ ਸੇ ਏਕ ਚੀਜ਼ ਉਠਾ ਲੇਤੇ ਹੈਂ, ਉਠਾ ਲੇਤੇ ਹੈਂ ਵੋ, ਔਰ ਵੋ 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 ਚੀਜ਼ ਉਠਾ ਕੇ ਫਿਰ ਸੁਣੋ, ਮੈਂ ਆਗੇ ਬਤਾ ਰਹਾ ਹੂੰ ਆਪਕੋ, ਆਗੇ ਮੇਰੀ ਪਹਿਲੀ ਬਾਤ ਸੁਣੀ ਹੈ, ਫਿਰ ਉਸਕੇ ਬਾਅਦ ਆਪ ਜੋ ਨਿਰਣੇ ਕੋ ਕਰੇ ਵੋ ਆਪਕੇ ਉੱਪਰ ਹੈ, ਆਪ ਬਹੁਤ ਸਿਆਣੇ ਲੋਗ ਹੈਂ। ਜਿਸ ਡਾਇਲੋਗ ਕੀ ਬਾਤ ਕੀ ਥੀ ਕਿ 70 ਸਾਲ ਸੇ ਯੇ ਬੰਦ ਨਹੀਂ ਹੁਆ, ਜਬ ਕੋਈ ਪੋਲੀਟੀਸ਼ੀਅਨ ਜਾਤਾ ਹੈ ਤੋ ਸ਼ਹਿਰ ਜਾਮ ਹੋ ਜਾਤੇ ਹੈਂ, ਜਬ 3000 ਜਵਾਨ ਜਾਤਾ ਹੈ ਤੋ ਭਾਈ ਟਰੈਕਰ ਕਿਉਂ ਨਹੀਂ ਚਲਤਾ, ਤੋ ਫਿਰ ਭਾਈ ਉਨ ਜਵਾਨੋ ਕੀ ਜੋ ਹਮਾਰੀ ਸੁਰੱਖਿਆ ਕੇ ਲੀਏ ਰਾਤ ਦਿਨ ਲਗਾਤੇ ਹੈ, ਉਨਕੀ ਸੁਰੱਖਿਆ ਕਾ ਧਿਆਨ ਕਿਉਂ ਨਹੀਂ ਰੱਖਾ ਜਾਤਾ। I just ask you a question, okay, it was a good you, as a good human being you went there, but after this attack do you somewhere feel, have some regret of giving a hug to Bajwa, as a human you know you feel bad, they have cheated you, just hold on, feel you've been cheated. Just hold on, I feel we all have been cheated along with just you. Hold on, I have repeated this 1000 times, mujhe bulaya gaya, न्योते भेजे गए, एक दोस्त के नाते में गया, प्रधानमंत्री जी तो बिन बुलाए चले गए थे। जब एक मिनट, नो नो, होल्ड ऑन होल्ड ऑन होल्ड ऑन, गिव द प्राइम मिनिस्टर, जस्ट लिसन टू मी नाउ, नाउ यू आस्क अ क्वेश्चन, लेट मी रिप्लाई। बिन बुलाए चले गए थे, वही जब भी उन्होंने भी डाली, ठीक है, एक मिनट एक मिनट, नो रिग्रेट, एक मिनट। उसके बाद वो वापस आए, पठानकोट हुआ, अटल जी जब गए, कारगिल हुआ, ठीक है, लेकिन जब 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 उसके बाद यहां आया, वहां से कोई आवाज नहीं आई, समर्थन की आवाज आई और बाबा जी का लांगा खुला। और मैंने क्या कहा था, यही कहा था, तब लोग हंसते थे, आज वही लोग मेरे साथ गए फिर वहां, क्यों गए, ये जो लोग आज आज किरकिरी वाली बात करते हैं, ये वहां साथ में बैठे थे सर, कैप्टन अमरिंदर सिंह ने उस टाइम पे भी अपनी इंशन जताई थी। मैं कैप्टन, मैं देखिए कैप्टन साहब की बात, तो व्हाट आई एम सेइंग इज कि ये इसी तरीके से रुक सकता है ये, और इसीलिए मैं कह रहा हूं कि जो मैंने सवाल किए हैं और जो मैंने आज कहा है कि 4 आतंकियों की वजह से ये देश का प्रोग्रेस नहीं रुक सकता, ये इस देश का सबसे बड़ा सिखों का जो कॉरिडोर है वो नहीं खुलेगा। मेरे लिए हमेशा ही देश पहले था। ब्यूरो रिपोर्ट, लुधियाना व्यू।